ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਦਾ ਹੀ ਮੈਂ ਰਜਿੰਦਰ ਸਿੰਘ ਤੱਕੜ ਲੈ ਕੇ ਹਾਜ਼ਰ ਹਾਂ ਏਜੰਡਾ। ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬਰਦ। ਅਦਾਲਤ ਦੇ ਰਿਕਾਰਡ 'ਚੋਂ ਬਹੁਤ ਹੀ ਵਿਸ਼ੇਸ਼ ਖਬਰ। ਮੋਹਾਲੀ ਦੇ ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਨੇ ਇੱਕ ਸਾਬਕਾ DIG ਵਿਜੀਲੈਂਸ ਬਿਊਰੋ ਦੀ ਰਿਪੋਰਟ ਰੱਦ ਕਰ ਦਿੱਤੀ ਹੈ ਅਤੇ ਇੱਕ ਦੋਸ਼ੀ PCS ਆਫਿਸਰ ਨੂੰ ਤਲਬ ਕਰ ਲਿਆ ਕਿ ਉਹ ਟ੍ਰਾਇਲ ਫੇਸ ਕਰੇ। ਇਸ ਖਬਰ ਦੇ ਵਿੱਚ ਤੁਹਾਨੂੰ ਅਸੀਂ ਕੁਝ ਰਿਕਾਰਡਿੰਗਸ ਵੀ ਸੁਣਾਵਾਂਗੇ ਜਿਹੜੀਆਂ ਕਿ ਬਿਲਕੁਲ ਐਕਸਕਲੂਸਿਵ ਹੋਣਗੀਆਂ। ਹੁਣ ਖਬਰ ਵਿਸਤਾਰ 'ਚ। ਅਡੀਸ਼ਨਲ ਸੈਸ਼ਨ ਜੱਜ ਹਰਸਿਮਰਨਜੀਤ ਸਿੰਘ ਮੋਹਾਲੀ ਦੇ ਇੱਕ ਹੁਕਮ ਤੋਂ ਪਹਿਲਾਂ ਤੁਹਾਨੂੰ ਕੁਛ ਬੈਕਗਰਾਊਂਡ ਇਸ ਕੇਸ ਬਾਰੇ ਦੱਸ ਦਈਏ। ਵਿਜੀਲੈਂਸ ਬਿਊਰੋ ਨੇ 23/6/2020 ਨੂੰ ਫਰੀਦਕੋਟ ਦੇ ਰੀਜਨਲ ਟਰਾਂਸਪੋਰਟ ਅਥਾਰਟੀ ਕਮ ਜਨਰਲ ਅਸਿਸਟੈਂਟ ਟੂ ਡੈਪਟੀ ਕਮਿਸ਼ਨਰ ਵਜੋਂ ਕੰਮ ਕਰਦੇ ਤਰਸੇਮ ਚੰਦ PCS ਅਤੇ ਉਹਨਾਂ ਦੇ ਡਰਾਈਵਰ ਅਮਰਜੀਤ ਸਿੰਘ ਹੈੱਡ ਕਾਂਸਟੇਬਲ ਨੂੰ 15,000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀ ਫੜਿਆ ਸੀ ਅਤੇ ਬਾਅਦ ਦੇ ਵਿੱਚ ਨਾਲ ਹੀ ਇਨੋਵਾ ਗੱਡੀ 'ਚੋਂ 2,00,000 ਰੁਪਈਆ ਕੈਸ਼ ਬਰਾਮਦ ਹੋਇਆ ਸੀ। ਡਰਾਈਵਰ ਦੇ ਵਿਰੁੱਧ ਚਲਾਨ ਦੇ ਦਿੱਤਾ ਗਿਆ ਪਰ PCS ਆਫਿਸਰਸ ਦੀ ਐਸੋਸੀਏਸ਼ਨ ਨੇ ਦਬਾਅ ਪਾਇਆ ਉਸ ਵਕਤ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 'ਤੇ ਕਿ ਕੇਸ ਝੂਠਾ ਗਲਤ ਬਣਿਆ ਤਾਂ ਫਿਰ DIG ਸੁਰਜੀਤ ਸਿੰਘ ਨੂੰ ਇਨਕੁਆਇਰੀ ਆਫਿਸਰ ਲਾਇਆ ਗਿਆ ਅਤੇ ਫਿਰ ਇਸ ਇਨਕੁਆਇਰੀ ਆਫਿਸਰ ਨੇ PCS ਅਫਸਰ ਨੂੰ ਕਲੀਨ ਚਿੱਟ ਦਿੱਤੀ। ਇਸ ਸੰਬੰਧੀ ਸਕਰੀਨ 'ਤੇ ਨਜ਼ਰ ਮਾਰੋ babushahi.com ਦੀ ਖਬਰ ਡੇਟਿਡ July 3, 2020 ਛਪੀ ਹੋਈ ਆ। 40 PCS ਅਫਸਰ ਚੰਡੀਗੜ੍ਹ ਦੇ ਵਿੱਚ ਇਕੱਠੇ ਹੁੰਦੇ ਆ ਅਤੇ ਸਰਕਾਰ 'ਤੇ ਦਬਾਅ ਬਣਾਉਂਦੇ ਆ। ਇਨਕੁਆਇਰੀ ਦੇ ਆਦੇਸ਼ ਸੁਰਜੀਤ ਸਿੰਘ ਨੂੰ ਮਿਲਦੇ ਆ ਅਤੇ ਅੱਗੇ ਦੱਸਦੇ ਹਾਂ। ਇਸ ਤੋਂ ਬਾਅਦ ਹੁਣ ਤਾਜ਼ਾ ਡਿਵੈਲਪਮੈਂਟ ਇਹ ਹੈ ਕਿ 20/3/2024 ਨੂੰ ਮੋਹਾਲੀ ਦੇ ਐਡੀਸ਼ਨਲ ਸੈਸ਼ਨ ਜੱਜ ਹਰਸਿਮਰਨਜੀਤ ਸਿੰਘ ਨੇ DIG ਸੁਰਜੀਤ ਸਿੰਘ ਵੱਲੋਂ ਦਿੱਤੀ ਰਿਪੋਰਟ ਨੂੰ ਰੱਦ ਕਰ ਦਿੱਤਾ ਅਤੇ ਕਿਹਾ ਕਿ ਧਾਰਾ 319 ਤਹਿਤ ਤਰਸੇਮ ਚੰਦ ਜੋ ਕਿ ਅੱਜ ਕੱਲ੍ਹ STM ਨਾਭੇ ਲੱਗਿਆ ਹੋਇਆ ਉਹ ਟ੍ਰਾਇਲ ਫੇਸ ਕਰਨ ਲਈ ਐਜ਼ ਅਡੀਸ਼ਨਲ ਅਕਿਊਜ਼ਡ ਅਦਾਲਤ ਦੇ ਵਿੱਚ 22/4/2024 ਨੂੰ ਹਾਜ਼ਰ ਹੋਵੇ। ਇਸ ਕਿਸਮ ਦੇ ਹੁਕਮ ਜੱਜ ਸਾਹਿਬ ਨੇ ਬਹੁਤ ਹੀ ਸਖਤ ਦਿੱਤੇ ਨੇ। ਖਬਰ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਕਹਿਣਾ ਚਾਹਾਂਗੇ ਕਿ ਇਸ ਡਿਵੈਲਪਮੈਂਟ ਤੋਂ ਪ੍ਰਸੰਨਤਾ ਵੀ ਹੋਈ ਅਤੇ ਅਫਸੋਸ ਵੀ ਹੋਇਆ। ਪਹਿਲਾਂ ਪ੍ਰਸੰਨਤਾ ਇਸ ਕਰਕੇ ਕਿ ਐਡੀਸ਼ਨਲ ਸੈਸ਼ਨ ਜੱਜ ਹਰਸਿਮਰਨਜੀਤ ਸਿੰਘ ਨੇ ਜ਼ਰੂਰਤ ਵਿਖਾਉਂਦੇ ਹੋਏ ਐਵੀਡੈਂਸ ਦੀ ਘੋਖ ਕੀਤੀ, ਐਨਾਲਾਈਜ਼ ਕੀਤਾ ਅਤੇ ਦੋਸ਼ੀ ਨੂੰ ਦੁਬਾਰਾ ਟ੍ਰਾਇਲ ਫੇਸ ਕਰਨ ਲਈ ਬੁਲਾ ਲਿਆ, ਸਮਨ ਜਾਰੀ ਕਰਤੇ, ਨਹੀਂ ਤਾਂ ਉਹ ਬਚ ਨਿਕਲਿਆ ਸੀ। ਦੂਜਾ, ਅਫਸੋਸ ਕਿ PCS ਆਫਿਸਰਸ ਐਸੋਸੀਏਸ਼ਨ ਬਿਨਾਂ ਐਵੀਡੈਂਸ ਨੂੰ ਐਨਾਲਾਈਜ਼ ਕੀਤੇ ਘੋਖੇ ਦੂਜਾ ਪੱਖ ਜਾਣੇ ਬਿਨਾਂ ਤਰਸੇਮ ਚੰਦ ਦੀ ਸਪੋਰਟ ਅੱਖਾਂ ਮੀਚ ਕੇ ਕੀਤੀ। ਤੀਜਾ, ਅਫਸੋਸ ਇਸ ਗੱਲ ਦਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ
PCS ਅਫਸਰਾਂ ਦਾ ਦਬਾਅ ਮੰਨਦੇ ਹੋਏ ਦੁਬਾਰਾ ਜਾਂਚ ਦੇ ਆਦੇਸ਼ ਦਿੱਤੇ। ਚੌਥਾ, ਅਫਸੋਸ ਇਸ ਗੱਲ ਦਾ ਕਿ DIG ਸੁਰਜੀਤ ਸਿੰਘ ਨੇ ਐਵੀਡੈਂਸ ਨੂੰ ਵੇਖਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਕਿਸੇ ਅਣਜਾਣੀ ਵਜ੍ਹਾ ਕਾਰਨ PCS ਅਫਸਰ ਨੂੰ ਕਲੀਨ ਚਿੱਟ ਦਿੱਤੀ। ਪੰਜਵਾਂ, ਅਫਸੋਸ ਇਸ ਗੱਲ ਦਾ ਕਿ ਸਾਬਕਾ ਮੁੱਖ ਸਕੱਤਰ VK ਜੰਜੂਆ ਨੇ IO DSP ਹਰਵਿੰਦਰਪਾਲ ਸਿੰਘ, ASI ਗੁਰਮੀਤ ਸਿੰਘ ਅਤੇ ਹੈੱਡ ਕਾਂਸਟੇਬਲ ਕਰਨਦੀਪ ਸਿੰਘ ਰੇਡਿੰਗ ਪਾਰਟੀ ਦੇ ਵਿਰੁੱਧ ਪਰਚਾ ਦਰਜ ਕਰਨ ਦੇ ਆਦੇਸ਼ ਦਿੱਤੇ। ਉਸ ਵਕਤ ਜਦੋਂ ਇਹ ਆਦੇਸ਼ ਜਾਰੀ ਹੋਇਆ ਭਗਵੰਤ ਮਾਨ ਦੀ ਸਰਕਾਰ ਕਾਬਜ਼ ਸੀ, ਅੱਜ ਵੀ ਹੈ। ਅਫਸੋਸ ਇਸ ਗੱਲ ਦਾ ਕਿ 31/3/24 ਨੂੰ ਮੌਜੂਦਾ ਹੋਮ ਸਕੱਤਰ ਨੇ ਉਹ ਪੁਰਾਣੇ ਆਦੇਸ਼ ਨੂੰ ਸੁਰਜੀਤ ਕੀਤਾ ਅਤੇ DGP ਗੌਰਵ ਯਾਦਵ ਨੂੰ ਹਦਾਇਤ ਕੀਤੀ ਕਿ ਰੀਡਿੰਗ ਪਾਰਟੀ ਦੇ ਵਿਰੁੱਧ ਪਰਚਾ ਦਰਜ ਕੀਤਾ ਜਾਏ। ਖਬਰ ਸਕਰੀਨ 'ਤੇ ਵੇਖੋ, ਇਹ ਇੱਕ ਪ੍ਰਸਿੱਧ ਅਖਬਾਰ ਹਿੰਦੁਸਤਾਨ ਟਾਈਮਸ 'ਚ ਛਪੀ ਆ। ਸੱਤਵਾਂ ਪੁਆਇੰਟ, ਖੈਰ ਅਫਸੋਸ ਬਾਅਦ ਦੇ ਵਿੱਚ ਵਿਜੀਲੈਂਸ ਬਿਊਰੋ ਦੇ ਉਸ ਵਕਤ ਦੇ ਸੈਟਅਪ 'ਤੇ ਵੀ ਹੁੰਦਾ ਜਿਸ ਦੇ ਓਵਰਆਲ ਕੰਡਕਟ ਬਾਰੇ ਦੁਨੀਆ ਜਾਣਦੀ ਹੈ ਅਤੇ ਅਸੀਂ ਕਈ ਵੀਡੀਓਜ਼ ਉਹਦੇ ਬਾਰੇ ਬਣਾ ਚੁੱਕੇ ਹਾਂ। ਬਟ ਔਨ ਦਿਸ ਪਰਟੀਕੁਲਰ ਇਸ਼ੂ ਤਰਸੇਮ ਚੰਦ ਵਾਲੇ 'ਤੇ ਉਸ ਵਕਤ ਦੇ ਵਿਜੀਲੈਂਸ ਬਿਊਰੋ ਦੇ ਸੈਟਅਪ ਨੇ ਸਹੀ ਅਤੇ ਵਧੀਆ ਕੰਮ ਕੀਤਾ। ਹੁਣ ਸੰਖੇਪ 'ਚ ਅਡੀਸ਼ਨਲ ਸੈਸ਼ਨ ਜੱਜ ਹਰਸਿਮਰਨਜੀਤ ਸਿੰਘ ਦੇ ਆਦੇਸ਼ ਬਾਰੇ ਤੁਹਾਨੂੰ ਦੱਸਦੇ ਹਾਂ। ਸ਼ਿਕਾਇਤਕਰਤਾ ਬਾਜ ਸਿੰਘ ਇੱਕ ਟਰਾਂਸਪੋਰਟਰ ਹੁੰਦਾ, ਉਹਦੀਆਂ 4 ਬੱਸਾਂ ਰਾਜਸਥਾਨ ਦੇ ਨੰਬਰ ਵਾਲੀਆਂ ਹੁੰਦੀਆਂ। ਉਹ ਦਰਖਾਸਤ ਮੂਵ ਕਰਦਾ ਅੰਡਰ ਸੈਕਸ਼ਨ 319 ਕਿ ਤਰਸੇਮ ਚੰਦ ਨੂੰ ਅਡੀਸ਼ਨਲ ਐਕਿਊਜ਼ਡ ਵਜੋਂ ਤਲਬ ਕੀਤਾ ਜਾਏ ਕਿਉਂਕਿ ਉਸਦੇ ਵਿਰੁੱਧ ਐਵੀਡੈਂਸ ਬਹੁਤ ਹੈ। 16/3/20 ਅਤੇ 23/3/20 ਦੀਆਂ ਜਿਹੜੀਆਂ ਆਡੀਓ ਰਿਕਾਰਡਿੰਗਸ ਬਾਜ ਸਿੰਘ ਵੱਲੋਂ ਕੀਤੀਆਂ ਗਈਆਂ ਉਹ ਅਦਾਲਤ ਦੇ ਵਿੱਚ ਚਲਾਈਆਂ ਗਈਆਂ, ਜੱਜ ਸਾਹਿਬ ਨੂੰ ਸੁਣਾਈਆਂ ਗਈਆਂ। ਸਪਸ਼ਟ ਹੋ ਗਿਆ ਕਿ ਤਰਸੇਮ ਚੰਦ RTA, ਅਮਰਜੀਤ ਸਿੰਘ ਡਰਾਈਵਰ ਅਤੇ ਬਾਜ ਸਿੰਘ ਦਰਮਿਆਨ ਗੱਲਬਾਤ ਹੁੰਦੀ ਹੈ ਔਰ ਉਹ ਰਿਸ਼ਵਤ ਮੰਗ ਰਹੇ ਨੇ ਸਰਕਾਰੀ ਜਿਹੜੇ ਇਹ ਅਧਿਕਾਰੀ ਨੇ। ਲਓ ਹੁਣ ਤੁਸੀਂ ਇਹ ਆਡੀਓ ਰਿਕਾਰਡਿੰਗਸ ਸੁਣੋ। ਅਮਰਜੀਤ ਸਿੰਘ ਭਾਅ ਜੀ, ਮੇਰੇ ਕੋਲ ਨੇ ਰਾਜਸਥਾਨ ਨੰਬਰ ਗੱਡੀਆਂ, ਠੀਕ ਹੈ ਜੀ, ਅਤੇ ਰਾਜਸਥਾਨ ਨੰਬਰ ਗੱਡੀਆਂ ਨੇ। ਅੱਗੇ ਤਾਂ ਉਹਨਾਂ ਦੇ ਨਾਲ ਸੁਰੇਸ਼ ਨਾਲ ਮਿਲਿਆ ਸੀਗਾ, ਓਕੇ ਓਕੇ, ਤੋਂ ਅੱਗੇ ਤਾਂ ਕੋਈ ਸਾਨੂੰ ਮੁਸ਼ਕਲ ਨਹੀਂ ਆਉਂਦੀ। ਮੇਰੇ ਕੋਲ ਰਾਜਸਥਾਨ ਨੰਬਰ ਬੱਸਾਂ ਨੇ ਔਰ ਮੇਰੇ ਕੋਲ ਜਿਹੜੀਆਂ ਹੈਗੀਆਂ ਨੇ, ਮੇਰੀ ਟੈਕਸੀ ਲੈਣੇ ਆ ਦੂਜੀ ਛੋਟੀਆਂ, ਟੈਂਪੋ ਟਰੈਵਲ ਔਰ ਨੋਵਾ, ਇੱਕ ਪੀਕਅਪ ਨੇ ਮੇਰੇ ਕੋਲ, ਠੀਕ ਹੈ ਜੀ। ਅਤੇ ਮੈਂ ਉਹਨਾਂ ਨੂੰ ਜਿਹੜਾ ਸੀਗਾ, ਉਹਨਾਂ ਨੇ ਮੇਰੀ ਗੱਡੀ ਜਿੰਨਾ ਚਿਰ ਉਹ ਵਿਚਾਰਾ ਰਿਹਾ, ਅਤੇ ਉਹਨੇ ਆਪਣੀ ਗੱਡੀ ਨੂੰ ਕਦੀ ਮੁਸ਼ਕਲ ਨਹੀਂ ਆਈ, ਜਿਵੇਂ ਉਹ ਰੁਪਈਏ ਦਿੰਦਾ ਸੀ ਪੰਜਾਂ ਦਾ ਨੋਟ, ਪੰਜਾਂ ਦੇ ਨੋਟ ਫੜਾ ਤੇ ਸਾਡੀ ਗੱਡੀ ਨੂੰ ਕੋਈ ਹੱਥ ਨਹੀਂ ਕਰਦਾ, ਨੋ ਡਾਊਟ, ਆਪਾਂ ਨੂੰ ਐਵੇਂ ਆ ਖੇਡ ਧੋਈਆਂ ਜਾਂਦੀਆਂ ਸੀ। ਹੁਣ ਗੱਲ ਹੈ ਵੀ ਮੈਂ ਤੁਹਾਨੂੰ ਅੱਜ ਮਿਲ ਰਹੇ ਹਾਂ ਆਪਾਂ ਭਾਈ ਅੱਜ, ਠੀਕ ਹੈ ਜੀ, ਤਾਂ ਮੈਨੂੰ ਇਹ ਹੈ ਵੀ ਆਪਾਂ ਨੂੰ ਉਦੋਂ ਤਾਂ ਹੀ ਉਹਨੂੰ ਦਿੰਦਾ ਰਿਹਾ ਮੈਂ 25,000 ਰੁਪਈਆ, ਠੀਕ ਹੈ ਜੀ, ਤਾਂ ਹੁਣ ਲੋਕਡਾਊਨ ਆ, ਹੁਣ ਉਸ ਹਿਸਾਬ ਨਾਲ ਆਪਾਂ ਹਿਸਾਬ ਕਿਤਾਬ ਨਾਲ ਕਰ ਚਲਾ ਲਾਂਗੇ, ਜਦੋਂ ਫਿਰ ਖੁੱਲ੍ਹ ਗਿਆ ਉਦੋਂ ਫਿਰ ਵੇਖੀਓ, ਜੇ ਚਲਾਣ ਕੱਟਾਂ ਕਿਵੇਂ ਕਰਾਂਗੇ, ਅਗਲਾ ਵੈਸੇ ਮਰ ਜਾਂਦਾ, ਮਰ ਜਾਂਦਾ, ਜੁਰਮਾਨਾ ਬੜਾ ਭਾਜੀ, ਅਮਰਜੀਤ ਜੀ ਜੁਰਮਾਨਾ ਬੜਾ, ਤੁਸੀਂ ਮੇਰੀ ਪ੍ਰੋਪਰਟੀ ਨੂੰ ਮਰਜ਼ੀ ਬਦਲੋ, ਮੈਂ ਤਾਂ ਕਿਸੇ ਨੂੰ ਰੋਕਦਾ, ਅਗਲਾ ਮਤਲਬ ਗੱਲ ਕਰਾ ਦੇ, ਗੱਲਾਂ ਛੱਡ ਵੀ ਦਿੰਦਾ ਨਾ ਮੈਂ, ਠੀਕ ਹੈ। ਬਾਕੀ ਸਾਹਿਬ ਮੈਂ ਸੁਣਿਆ ਗਰਮ ਵਾਹਵਾ ਨੇ ਤੇਰੇ 'ਤੇ, ਨਹੀਂ ਸਾਹਿਬ ਤੋਂ ਸਾਡੇ ਤੋਂ ਬਾਹਰ ਨਹੀਂ ਹੈਗੇ,
ਉਹ ਸਾਹਿਬ ਧੜ ਤੋਂ ਬਾਹਰ ਤਾਂ ਨਹੀਂ, ਪਰ ਗੱਲ ਇਹ ਨਾ ਵੀ ਉਹ ਜਿੰਨਾ ਚਿਰ ਸਾਹਿਬ ਨੇ ਅਖਰ ਤੁਹਾਡੀ ਮਰਨੀ ਆ, ਸਾਡੇ ਅੱਗੇ ਤਾਂ ਭਲਾ ਲੀਲੀਆਂ ਕੱਢੀ ਜਾਵੇ। ਕੋਈ ਗੱਲ, ਤੁਸੀਂ ਮੈਨੂੰ ਆਪਣੇ ਗੱਡੀਆਂ ਦੇ ਨੰਬਰ ਦੇ ਦਿਓ। ਹਾਂ, ਮੈਂ ਤੁਹਾਨੂੰ ਗੱਡੀਆਂ ਦੇ ਨੰਬਰ ਦੇ ਦਿਓ, ਜਾਂ ਤੁਸੀਂ ਵਟਸਐਪ ਨੰਬਰ ਚੱਲਦਾ ਇਸ 'ਤੇ ਮੈਨੂੰ ਵਟਸਐਪ ਕਰ ਦਿਓ, ਠੀਕ ਹੈ? ਤੁਸੀਂ, ਮੈਂ ਨੰਬਰ ਤੁਹਾਡਾ ਨੋਟ ਕਰ ਲੈਂਦਾ, ਤੁਸੀਂ ਜਦੋਂ ਵੀ ਜਾਂ ਤਾਂ ਫਿਰ ਮੈਨੂੰ ਉਹਦੀਆਂ ਦੇ ਦਿਆ ਜੀ, ਪੰਜਾਂ ਦੇ ਨੋਟ ਜਾਂ ਕੋਈ ਨਹੀਂ, ਆਪਾਂ ਕਰਾਂ ਕੋਡ ਵਰਡ ਰੱਖਾਂਗੇ ਤਾਂ ਕਿਸੇ ਨੂੰ ਪਤਾ ਨਾ ਹੋਵੇ, ਠੀਕ ਹੈ? ਹਾਂ, ਅਤੇ ਹੁਣ ਤੁਸੀਂ ਮੈਨੂੰ ਦੱਸੋ ਵੀ ਹੁਣ ਮੈਨੂੰ ਸੇਵਾ ਕਿੰਨੀ ਲਾਓਗੇ? ਤੁਸੀਂ 5,000 ਘੱਟ ਦੇ ਦਿਓ, ਕੋਈ ਗੱਲ ਨਹੀਂ। ਨਹੀਂ, 5, ਹੁਣ ਐਂ ਆ ਵੀ ਲੋਕਡਾਊਨ ਆ, ਗੇੜੇ ਬਹੁਤ ਆਉਂਦੇ ਘੱਟ, ਠੀਕ ਹੈ ਜੀ, ਠੀਕ ਹੈ? ਹੁਣ ਤੁਸੀਂ 25 ਦੀ ਬਜਾਏ ਕਰੀਬ 15 ਨਾ ਸਾਰ ਲਓ, 1 ਨਾ 15 ਨਾ, ਜਦੋਂ ਖੁੱਲ੍ਹ ਗਿਆ ਉਦੋਂ ਫਿਰ 25 ਕਰ ਦਾਂਗੇ ਆਪਾਂ, ਠੀਕ ਹੈ ਜੀ? ਠੀਕ ਹੈ ਕਿ ਨਹੀਂ? ਠੀਕ ਹੈ, ਤੁਸੀਂ ਆਪਣਾ ਨੰਬਰ ਬੋਲੋ ਜੀ। ਹਾਂ, ਮੇਰਾ ਨੰਬਰ ਲਿਖੋ, 98-775 97-775 21-183। ਕੀ ਨਾਂ ਚੁਣੋ ਆਪਣਾ? ਮੇਰਾ ਨਾਮ ਬਾਜ ਸਿੰਘ। ਬਾਜ ਸਿੰਘ ਆ ਗਿਆ। ਕਿੱਥੋਂ ਤੁਸੀਂ ਚੱਲਦੀ ਹੈ ਇਹ? ਆਪਣੀਆਂ ਰਾਜਸਥਾਨ ਆ, ਓਨਲੀ ਟੂਰਾਂ 'ਤੇ ਚੱਲਦੀਆਂ ਜੀ ਆਪਾਂ। ਓਕੇ, ਆਪਣੇ ਕੋਲ ਕੋਈ ਪਰਮਟ ਵਾਲੀ ਗੱਡੀ ਹੈ ਨਹੀਂ ਆਪਣੇ ਕੋਲ, ਠੀਕ ਹੈ? ਮਤਲਬ ਨੰਬਰ ਕਰਨ ਵਾਲਾ। ਹਾਂ, ਟੂਰਾਂ ਵਾਲੀਆਂ ਗੱਡੀਆਂ ਆਪਣੀਆਂ ਚੱਲਦੀਆਂ ਇੱਥੋਂ ਹੀ ਆ ਜੀ। ਹਾਂ, ਬਸ ਜੋ ਜਦੋਂ ਪਿੱਛੋਂ ਵੀ ਕਿਤੇ ਚੱਲ ਕੇ ਆਈਆਂ ਆਪਣੀਆਂ ਜਾਣੀਆਂ, ਆਪਾਂ ਤਾਂ ਪੰਜਾਬ ਦੇ ਵੀ ਦੀ। ਅਤੇ ਇਹ ਇੱਕ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਇਹ ਹੈਲੋ। ਹਾਂਜੀ ਹਾਂਜੀ ਹਾਂਜੀ, ਹੋ ਗਈ, ਚਲੋ ਠੀਕ ਆ। ਓਕੇ ਓਕੇ ਓਕੇ। ਅੱਛਾ, ਮੇਰੀ ਇੱਕ ਗੱਲ ਹੋਰ ਸੁਣਿਓ। ਹੈਲੋ, ਇੱਕ ਜੀਰੇ ਤੋਂ ਚੱਲਦਾ ਕੰਮ, ਜੀਰੇ ਤੋਂ ਚੱਲਣਾ ਕੰਮ, ਅਤੇ ਤੁਹਾਡੇ ਤੱਕ ਆਉਣਾ, ਅਤੇ ਉਹ ਬੰਦਾ ਕਹਿੰਦਾ ਮੇਰੇ ਨਾਲ ਗੱਲ ਕਰਾ ਦਿਓ, ਤੁਹਾਡਾ ਨੰਬਰ ਦੇਣ ਲੱਗਾ, ਠੀਕ ਹੈ? ਮੈਂ ਇੱਥੇ ਫਰੀਦਕੋਟ ਤੋਂ, ਉਹਦੇ ਟਾਟਾ ਆਪਣੇ ਆ ਮਿੱਟੀ ਦਾ ਟਰੈਕਟਰ ਨੇ, ਮੈਂ ਤੁਹਾਨੂੰ ਨੰਬਰ ਦੇਣਾ, ਤੁਹਾਡੇ ਨਾਲ ਗੱਲ ਕਰੇਗਾ ਮੁੰਡਾ। ਓਕੇ ਓਕੇ। ਬਾਕੀ ਭਾਅ ਜੀ, ਮੇਰੀ ਇੱਕ ਅਮਰਜੀਤ ਸਿੰਘ ਗੱਲ ਸੁਣੋ, ਮੇਰੀ ਇੱਕ ਹੈਲਪ ਹੈਗੀ, ਕਿਉਂਕਿ ਅੱਜ ਕੱਲ੍ਹ ਸਾਡੇ ਅਸੀਂ ਮਰੇ ਪਏ, ਟੂਰਿਸਟ ਬੱਸਾਂ ਦਾ ਇੰਨਾ ਕੋਈ ਕੰਮ ਨਹੀਂ ਹੈਗਾ। ਓਕੇ, ਇਹ ਨਾ ਹੁੰਦੀ ਹੋਵੇ ਕਿਤੇ ਮੰਨ ਲਾ ਤੁਸੀਂ ਗੈਰ ਆਇਓ, ਜੋ ਹਿਸਾਬ ਮੇਰਾ ਮੰਨ ਲਾ ਬਲਕਾ ਕੇ ਮੇਰੀਆਂ ਗੱਡੀਆਂ ਨੂੰ ਚਲਾਨ ਕਰ ਦੇਣ, ਮੈਂ ਕਿਤੇ ਮੁੜਕ ਜਾ ਮੁੜਕੇ ਮੰਨ ਕੇ ਚੱਲੇ, ਚਲਾਨ ਮੋਟੇ ਨੇ, ਇਹ ਮੇਰੀ ਹੱਥੀ ਜੋੜ ਕੇ ਬੇਨਤੀ ਹੈ, ਇਹਦੇ ਕਿਰਪਾ ਕਰਿਓ ਜੀ। ਉਹ ਯਾਰ ਬੰਦ ਹੋ ਗਿਆ ਹੁੰਦਾ, ਕੋਈ ਗੱਲ ਨਹੀਂ, ਤੁਹਾਨੂੰ ਜਦੋਂ ਕਿਹਾ ਵੀ ਤੁਹਾਨੂੰ ਇੱਕ ਜਵਾਨ ਹੋ ਗਈ, ਆਹ ਮੇਰਾ ਨੰਬਰ ਹੈ ਕਦੀ ਵੀ, ਠੀਕ ਹੈ? ਠੀਕ ਹੈ, ਜੇ ਬਾਈ ਚਾਂਸ ਤੁਹਾਡਾ ਜੀ ਕਰਦਾ ਸਾਹ ਨੂੰ ਮਿਲਣ, ਸਾਹ ਨੂੰ ਮਿਲਾ ਦੂੰਗਾ, ਐਸੀ ਗੱਲ ਨਹੀਂ। ਚਲੋ ਕੋਈ ਨਹੀਂ, ਉਹ ਤਾਂ ਆਪਾਂ ਠਹਿਰ ਕੇ ਹੋ ਜਾ ਗਏ ਆਪਣੀ, ਕੋਈ ਗੱਲ ਨਹੀਂ। ਹਾਂ, ਠੀਕ ਆ। ਅਤੇ ਇੱਕ ਵਾਰੀ ਤੁਸੀਂ ਇਹ ਆ ਵੀ ਮੈਂ ਤੁਹਾਨੂੰ ਫਿਰ ਹਫ਼ਤੇ ਕੁ ਤੱਕ ਜਿਹੜਾ ਹੈਗਾ ਆ ਉਹ ਕਾਲ ਕਰੂੰਗਾ, ਜੇ ਮੈਂ ਭਰਮ ਰਹਾਂ, ਮੈਨੂੰ ਪਤਾ ਇੱਥੇ ਨਿਕਲ ਗਿਆ ਵੀ ਤੁਸੀਂ ਹੋ, ਫਿਰ ਮੈਂ ਜਾਂਦਾ, ਮੈਂ ਉਦੋਂ ਦਾ ਮੈਂ ਕਿਹਾ ਮੈਂ ਪਹਿਲਾਂ ਕੰਮ ਕਰਕੇ ਨਬੇੜ ਕੇ ਫਿਰ ਹੀ ਮੈਂ ਤੁਹਾਨੂੰ ਆਵਾਜ਼ ਮਾਰੂੰਗਾ। ਤੁਸੀਂ ਅਗਲੇ ਸੋਮਵਾਰ ਨੂੰ ਆ ਜਾਇਓ ਮੇਰੇ ਕੋਲ, ਠੀਕ ਹੈ? ਤੁਹਾਡੀ ਪਿੱਠੀ ਨਹੀਂ ਲੱਗਣ ਦਿੰਦੇ। ਬਸ ਠੀਕ ਹੈ, ਵੀ ਤੁਸੀਂ ਸਾਨੂੰ ਧੋਖਾ ਨਾ ਕਰਿਓ, ਬਸ ਇੰਨਾ ਯਾਰ, ਨਾ ਨਾ ਵਾਗਰੂ ਵਾਗਰੂ, ਸਾਡਾ ਮਾਲਾ ਰੋਟੀ ਪਾਣੀ ਚੱਲੀ ਜਾਵੇ। ਸਰ, ਮੈਂ ਕਿਹਾ ਸ਼ੌਕੀਨ ਸਿਰਫ ਸੁੱਕਾ ਸਮਾਨ ਖਾਣ ਦਾ। ਉਹ ਯਾਰ, ਉਹ ਸੱਚ ਅੱਜ ਮੇਰੇ ਕੋਲ ਨਾ ਉਹ ਮੈਂ ਖਾਬ ਖਾਣਾ ਮੇਰੇ ਕੋਲ ਰਹਿ ਗਿਆ ਘਰੇ, ਕੋਈ ਤੁਹਾਡੀ ਬੱਸਾਂ ਚੱਲੀਆਂ, ਉਦੋਂ ਫਿਰ ਉਹ ਲਿਆ ਦਾਂਗੇ, ਉਹ ਲਿਆ ਦਾਂਗੇ। ਅੱਜ ਤਾਂ ਸੱਚੀ ਤੁਹਾਨੂੰ ਪ੍ਰੋਬਲਮ ਨਹੀਂ, ਨਹੀਂ ਉਹ ਆਪਣੀ ਦੂਜਾ ਦੁਬਾਰਾ ਚੱਕੀ ਵੀ ਜਾਂਦੀਆਂ ਉਧਰ ਨੂੰ, ਬਸ ਬਣੋ ਟੈਨਸ਼ਨ, ਠੀਕ ਹੈ? ਬਾਕੀ ਆਪਾਂ ਕਰ ਲਾਂਗੇ ਕੋਈ ਗੱਲ, ਤੁਸੀਂ ਸੋਮਵਾਰ ਆ ਜਾਓ ਮੇਰੇ ਕੋਲ, ਠੀਕ ਆ? ਅਤੇ ਹੁਣ ਮੈਂ ਤੁਹਾਨੂੰ 15 ਹੀ ਦੇਣਾ, ਦੇ ਜਾਓ ਅਗਲੀ ਵਾਰੀ ਤੁਸੀਂ ਪੂਰਾ ਕਰ ਲਓ, ਠੀਕ ਹੈ? ਹੁਣ ਚੱਲ ਪਿਆ, ਅਗਲੇ ਮਹੀਨੇ ਜਦੋਂ ਅਗਲੇ ਮਹੀਨੇ ਚੱਲ ਪਊ ਤਾਂ ਬਤਾ, ਮਹੀਨੇ ਚੱਲਦਾ ਵੀ 10 ਤੋਂ 10 ਚੱਲਦਾ, ਦੱਸ ਪਹਿਲਾਂ? ਹਾਂਜੀ, 10 ਤੋਂ 10 ਤੋਂ 10 ਚੱਲਦਾ ਮਹੀਨਾ ਮਹੀਨਾ ਪੂਰਾ, ਠੀਕ ਆ? ਅੱਜ 10 ਹੋ ਗਈ, ਮੈਂ ਹਾਂ ਅਗਲੀ 10 ਤੱਕ, ਅਗਲੀ 10 ਤੱਕ ਤੁਸੀਂ ਮੈਨੂੰ ਸਾਰੇ ਸੋਮਵਾਰ ਪੜਾਉਂਗੇ, ਅਤੇ ਉਹ ਅਗਲੇ ਜਿੱਦਾਂ ਅਗਲੀ ਸੋਮਵਾਰ ਜਿਹੜੀ ਤਰੀਕ ਆ ਗਈ ਉਹ ਅਗਲੀ ਤਰੀਕ ਤੱਕ ਫਿਰ ਤੁਹਾਨੂੰ ਮਹੀਨਾ ਪੂਰਾ ਹੋਊਗਾ, ਅਗਲੇ ਤੱਕ ਹੋ ਜਾਊਗਾ, ਠੀਕ ਹੈ ਨਾ? ਇਸ ਵਾਰੀ 15 ਗਾਂ ਫਿਰ ਆਪਾਂ ਜਿਹੜਾ ਹੈਗਾ ਆ ਉਹ, ਠੀਕ ਹੈ ਭਾਜੀ? ਓਕੇ, ਹੋਰ ਸੇਵਾ ਹੋਊਗੀ? ਨਹੀਂ ਬਸ ਭਾਜੀ, ਅਮਰਜੀਤ ਸਿੰਘ ਤੇਰਾ ਤਾਂ ਪਰਸਨਲ ਕੰਮ ਵੀ ਹੋਵੇ ਨਾ। ਹਾਂਜੀ, ਕੰਮ ਵੀ ਕੋਈ ਮਰਜ਼ੀ ਆ ਜਾਵੇ, ਬਸ ਕੋਈ ਗੱਲ ਨਹੀਂ, ਠੀਕ ਹੈ ਭਾਜੀ? ਓਕੇ ਜੀ। ਅਡੀਸ਼ਨਲ ਸੈਸ਼ਨ ਜੱਜ ਹਰਸਿਮਰਨਜੀਤ ਸਿੰਘ ਨੇ ਆਪਣੇ 12 ਪੇਜ ਦੇ ਆਦੇਸ਼ ਦੇ ਵਿੱਚ ਲਿਖਿਆ ਕਿ DIG ਸੁਰਜੀਤ ਸਿੰਘ, ਉਸ ਨੇ ਆਡੀਓ ਰਿਕਾਰਡਿੰਗਸ ਦਾ ਜ਼ਿਕਰ ਆਪਣੀ ਰਿਪੋਰਟ ਦੇ ਵਿੱਚ ਨਹੀਂ ਕੀਤਾ। ਜ਼ਿਕਰ ਤਾਂ ਕਰਦਾ ਤਾਂ ਜੇ ਉਹ ਸੁਣੀਆਂ ਹੁੰਦੀਆਂ, ਅਤੇ ਜੇ ਉਹਨੇ ਸੱਚ ਨੂੰ ਲੱਭਣਾ ਹੁੰਦਾ
ਪਰ ਸੱਚ ਲੱਭਣ ਦੀ ਕੋਸ਼ਿਸ਼ ਇਸ DIG ਨੇ ਕੀਤੀ ਨਹੀਂ, ਜੋ ਕਿ ਹੁਣ ਰਿਟਾਇਰ ਹੋ ਗਿਆ। ਇਹ ਉਸ ਨੇ ਇੱਕ ਸ਼ਰਮਨਾਕ ਰਿਪੋਰਟ ਦਿੱਤੀ ਜਿਹਦੇ ਨਾਲ ਉਸ ਨੇ ਕਾਨੂੰਨ ਦੀ ਸਹਾਇਤਾ ਨਹੀਂ ਕੀਤੀ, ਬਲਕਿ ਕਾਨੂੰਨ ਨੂੰ ਇੱਕ ਛਿੱਕੇ ਟੰਗ ਕੇ ਅੱਗੇ ਜਾਣ ਦੀ ਕੋਸ਼ਿਸ਼ ਕੀਤੀ। ਜੱਜ ਨੇ ਕਿਹਾ ਕਿ ਇਹਨਾਂ ਪੁਖਤਾ ਸਬੂਤਾਂ ਦੇ ਆਧਾਰ 'ਤੇ ਕਨਵਿਕਸ਼ਨ ਹੋ ਸਕਦੀ ਹੈ, ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ। ਜੱਜ ਸਾਹਿਬ ਅੱਗੇ ਲਿਖਦੇ ਹੈ ਕਿ ਪ੍ਰੋਸੀਕਿਊਸ਼ਨ ਵਿਟਨੈਸ ਅਮਲੇਸ਼ ਕੁਮਾਰ ਸਿੰਗਲਾ ਨੇ ਆਪਣੇ ਬਿਆਨ 'ਚ ਪ੍ਰੋਸੀਕਿਊਸ਼ਨ ਦੀ ਸਟੋਰੀ ਨੂੰ ਕਾਰਪੋਰੇਟ ਕੀਤਾ। DIG ਨੇ ਜਾਂਚ ਦੌਰਾਨ ਦੂਜਾ ਪੱਖ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ। IO ਹਰਵਿੰਦਰਪਾਲ ਸਿੰਘ DSP ਨੂੰ ਬੁਲਾ ਕੇ ਕੋਈ ਸਵਾਲ ਜਵਾਬ ਨਹੀਂ ਕੀਤਾ ਗਿਆ, ਨਾ ਉਸਦੀ ਟੀਮ ਤੋਂ ਕੁਛ ਪੁੱਛਿਆ ਗਿਆ। ਪੁੱਛਣਾ ਕੀ ਸੀ? ਉਹ ਤਾਂ ਮਨ ਬਣਾਈ ਬੈਠਾ ਸੀ ਜੀ ਜੱਜ ਸਾਹਿਬ, ਉਹ ਤਾਂ ਮਨ ਬਣਾਈ ਬੈਠਾ ਸੀ ਕਿ ਮੈਂ ਕਰਨਾ ਹੀ ਇਹ ਆ। ਅਤੇ ਤਰਸੇਮ ਚੰਦ ਨੂੰ ਪਰਚੇ 'ਚੋਂ ਕੱਢਣ ਦੇ ਆਦੇਸ਼ ਦੇ ਦਿੱਤੇ। ਇਸੇ ਪਰਚੇ ਦੇ ਬਾਅਦ ਭਾਵੇਂ ਡਰਾਈਵਰ ਦੇ ਵਿਰੁੱਧ ਚਲਾਨ ਪੇਸ਼ ਹੋ ਗਿਆ, ਉਹ ਛੋਟਾ ਮੁਲਾਜ਼ਮ ਭੁਗਤ ਰਿਹਾ, ਭਾਵੇਂ ਉਹਨੇ ਜੋ ਕੁਛ ਕੀਤਾ ਵੱਡੇ ਅਫਸਰ ਦੇ ਕਹਿਣ 'ਤੇ ਕੀਤਾ, ਅਤੇ ਹੁਣ ਜੇਲ੍ਹ ਜੇ ਕੋਈ ਜਾਊਗਾ, ਹੁਣ ਤੱਕ ਤਾਂ ਇਹੀ ਸੀ ਕਿ ਡਰਾਈਵਰ ਜਾਊਗਾ, ਪਰ ਹੁਣ ਸਥਿਤੀ ਕੁਛ ਬਦਲਦੀ ਨਜ਼ਰ ਆਉਂਦੀ ਆ। ਜੱਜ ਸਾਹਿਬ ਨੇ ਲਿਖਿਆ ਕਿ ਤਰਸੇਮ ਚੰਦ ਹੈਜ਼ ਪੈਲਪੇਬਲੀ ਕਮਿਟਿਡ ਅਫੈਂਸ ਪਨਿਸ਼ੇਬਲ ਅੰਡਰ ਸੈਕਸ਼ਨ 12 ਆਫ ਪ੍ਰਵੈਂਸ਼ਨ ਆਫ ਕਰਪਸ਼ਨ ਐਕਟ 1988। ਮਤਲਬ ਕਿ ਪੈਲਪੇਬਲੀ ਜ਼ਾਹਰਾ ਤੌਰ 'ਤੇ ਬਿਲਕੁਲ ਕਲੀਅਰਲੀ ਇਸ ਸ਼ਖਸ ਨੇ ਕਰਪਸ਼ਨ ਕੀਤੀ ਆ, ਸੈਕਸ਼ਨ 12 ਆਫ ਦੀ PC ਐਕਟ ਦੀ ਉਲੰਘਣਾ ਕੀਤੀ ਆ। ਅੱਗੇ ਜੱਜ ਸਾਹਿਬ ਲਿਖਦੇ ਨੇ ਕਿ ਸੱਚ ਐਕਟਸ ਵਰ ਨਾਟ ਪਰਫੋਰਮਡ ਇਨ ਡਿਸਚਾਰਜ ਆਫ ਆਫਿਸ਼ੀਅਲ ਡਿਊਟੀ ਬਾਏ ਦੀ ਪਬਲਿਕ ਸਰਵੈਂਟ ਦੈਟ ਇਜ਼ ਤਰਸੇਮ ਚੰਦ RTA। ਇਹਦਾ ਪੰਜਾਬੀ ਦਾ ਲੱਥਾ ਕਿ ਇਹੋ ਜਿਹੇ ਜਿਹੜੇ ਕੰਮ ਨੇ, ਐਕਸ਼ਨ ਨੇ, ਉਹ ਕੋਈ ਸਰਕਾਰੀ ਡਿਊਟੀ ਨਿਭਾਉਣ ਦੇ ਵਾਸਤੇ ਇਸ ਸਰਕਾਰੀ ਅਧਿਕਾਰੀ ਨੇ ਨਹੀਂ ਕੀਤੇ। ਅਤੇ ਫਿਰ ਅੱਗੇ ਲਿਖਦੇ ਆ, ਇਸ ਕਰਕੇ ਨੋ ਨੈਸੈਸਿਟੀ ਆਫ ਸੀਕਿੰਗ ਸੈਂਕਸ਼ਨ ਅੰਡਰ 197 CRPC। ਇਹ ਇੱਕ ਅਰੁਣ ਜੇਤਲੀ ਵਿੱਚ ਫਸਾ ਗਿਆ ਸੀ ਕਿ ਇਹੋ ਜਿਹੀ ਧਾਰਾ 17A ਅਤੇ 197 CRPC ਕਰਪਸ਼ਨ ਐਕਟ ਦੇ ਵਿੱਚ ਕਿ ਜਦੋਂ ਤੁਸੀਂ ਸਰਕਾਰੀ ਮੁਲਾਜ਼ਮ ਨੂੰ ਪ੍ਰੋਸੀਕਿਊਟ ਕਰਨਾ ਹੈ ਤਾਂ ਸਰਕਾਰ ਤੋਂ ਸੈਂਕਸ਼ਨ ਲਓ, ਪ੍ਰਵਾਨਗੀ ਲਓ, ਅਤੇ ਪ੍ਰਵਾਨਗੀਆਂ ਫਿਰ ਆਉਂਦੀਆਂ ਹੀ ਨਹੀਂ ਹੁੰਦੀਆਂ। ਅਸੀਂ ਕਈ ਖਬਰਾਂ ਕਰ ਚੁੱਕੇ ਹਾਂ ਜਿੱਥੇ ਕਿ ਪ੍ਰਵਾਨਗੀ ਨਾ ਹੀ ਕਈ ਵਾਰੀ ਤਾਂ ਮੰਤਰੀ ਦੇਣੋਂ ਮੁੱਕਰ ਜਾਂਦੇ ਆ, ਅਤੇ ਜੇ ਕੇਂਦਰ ਤੋਂ ਆਉਣੀ ਹੁੰਦੀ ਹੈ ਉਹ ਠੰਡੇ ਬਸਤੇ 'ਚ ਪੈ ਜਾਂਦੀ ਹੈ, ਅਤੇ ਫਿਰ ਜਿਹੜਾ ਕਾਨੂੰਨ ਦਾ ਕੰਮ ਹੈ ਉਹ ਰੁਕ ਜਾਂਦਾ। ਸੂਤਰਾਂ ਨੇ ਪੰਜਾਬ ਦਸਤਾਵੇਜ਼ ਨੂੰ ਟੈਲੀਫੋਨ 'ਤੇ ਦੱਸਿਆ ਕਿ DIG ਸੁਰਜੀਤ ਸਿੰਘ ਉਹ ਸ਼ਖਸ ਹੈ ਜਿਸ ਦਾ ਨਾਮ ਫਰੀਦਕੋਟ ਦੇ ਵਿੱਚ ਇੱਕ ਪਰਚਾ ਦਰਜ ਹੋਇਆ ਸੀ ਬਾਬੇ ਦੇ ਕਤਲ ਬਾਰੇ, ਜਿਸ ਦੇ ਵਿੱਚ 50 ਲੱਖ ਰੁਪਏ ਰਿਸ਼ਵਤ ਲੈਣ ਦੀ ਗੱਲ ਦੱਸੀ ਗਈ ਸੀ। ਚਲਾਨ ਵਿਜੀਲੈਂਸ ਬਿਊਰੋ ਨੇ ਹਜੇ ਪੇਸ਼ ਕਰਨਾ ਹੈ, ਦਿਨ ਭਾਵੇਂ ਮੁੱਕਣ ਵਾਲੇ ਆ, ਅਤੇ ਉਸ ਦੇ ਵਿੱਚ ਇਸ DIG ਦਾ ਨਾਮ ਵੀ ਆਉਂਦਾ। ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਕਿ ਮੌਜੂਦਾ ਵਿਜੀਲੈਂਸ ਬਿਊਰੋ ਦਾ ਸੈਟਅਪ, ਸੁਰਜੀਤ ਸਿੰਘ DIG ਸਾਬਕਾ ਦੇ ਬਾਰੇ ਚਲਾਨ ਦੇ ਵਿੱਚ ਕੁਛ ਲਿਖਦਾ ਕਿ ਨਹੀਂ ਲਿਖਦਾ, ਕਿ ਸਾਰੀਆਂ ਸੈਟਿੰਗਸ ਹੋ ਜਾਂਦੀਆਂ ਨੇ। ਖੈਰ, ਛੋਟੇ ਮੁਲਾਜ਼ਮਾਂ ਨੂੰ ਤਾਂ ਟੰਗ ਦਿੱਤਾ ਗਿਆ, ਉਹਨਾਂ ਦੀਆਂ ਹੁਣ ਤੱਕ ਜ਼ਮਾਨਤਾਂ ਨਹੀਂ ਹੋਈਆਂ। ਅੱਗੇ ਆਉਂਦੇ ਹਾਂ ਜੀ, ਇੱਥੇ ਕਹਿਣਾ ਬਣਦਾ ਹੈ ਕਿ ਸ਼ੀਸ਼ੇ ਵਾਂਗੂ ਸਾਫ਼ ਕੇਸਿਸ 'ਚ ਵੀ
ਜੇ ਵਿਜੀਲੈਂਸ ਬਿਊਰੋ ਦੇ ਇਨਵੈਸਟੀਗੇਟਿੰਗ ਆਫੀਸਰ ਦੇ ਵਿਰੁੱਧ ਪਰਚੇ ਦਰਜ ਕਰਾਉਣੇ ਆ ਗ੍ਰਹਿ ਵਿਭਾਗ ਨੇ, ਤਾਂ ਫਿਰ ਵੱਡੇ ਅਫਸਰਾਂ ਨੂੰ ਜਿਹੜੇ ਕਿ IAS IPS PCS ਕਾਡਰ ਦੇ ਹੁੰਦੇ ਨੇ ਉਹਨਾਂ ਨੂੰ ਨਕੇਲ ਕਿਵੇਂ ਪਊਗੀ? ਸ਼ਾਇਦ ਇਹੀ ਕਾਰਨ ਆ ਕਿ ਵਿਜੀਲੈਂਸ ਬਿਊਰੋ ਪ੍ਰੈਜ਼ੈਂਟ ਐਂਡ ਦੀ ਪਾਸਟ ਉਹ ਜ਼ਿਆਦਾ ਕੇਸ ਛੋਟੇ ਮੁਲਾਜ਼ਮਾਂ 'ਤੇ ਹੀ ਦਰਜ ਕਰਦੇ ਆ, ਬਟਵਾਰੀ ਸ਼ਟਵਾਰੀ ਕਲਰਕ ਅਤੇ ਬਾਬੂ, ਅਤੇ ਵੱਡੇ ਅਫਸਰਾਂ 'ਤੇ ਜੇ ਹਿਮਾਕਤ ਕੋਈ ਵਿਜੀਲੈਂਸ ਬਿਊਰੋ ਦਾ ਅਧਿਕਾਰੀ ਕਰ ਲਏ ਪਰਚਾ ਦਰਜ ਕਰਨ ਦੀ ਜਾਂ ਨਾਮਜ਼ਦ ਕਰਨ ਦੀ, ਤਾਂ ਗੱਲ ਉੱਥੇ ਖੜ ਜਾਂਦੀ ਹੈ, ਠੱਪ ਹੋ ਜਾਂਦੀ ਹੈ, ਕਿਉਂਕਿ ਪ੍ਰੈਸ਼ਰ ਗਰੁੱਪਸ ਇਹਨਾਂ ਵੱਡੇ ਅਫਸਰਾਂ ਦੇ ਕੰਮ ਕਰਨ ਲੱਗ ਜਾਂਦੇ ਹੈ, ਅਤੇ ਉਦੋਂ ਬਾਅਦ ਫਿਰ ਜਿਹੜੀ ਵਿਜੀਲੈਂਸ ਬਿਊਰੋ ਆ ਭਾਵੇਂ ਅੱਜ ਕੱਲ੍ਹ ਕਾਫੀ ਮਜ਼ਬੂਤ ਗਿਣੀ ਜਾਂਦੀ ਹੈ, ਉਹ ਵੀ ਠੰਡੀ ਹੋ ਜਾਂਦੀ ਹੈ। ਤੁਹਾਨੂੰ ਅੱਗੇ ਦੱਸਦੇ ਚੱਲੀਏ, ਜੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਜੀਲੈਂਸ ਬਿਊਰੋ ਦੇ ਵਿੱਚ ਭ੍ਰਿਸ਼ਟਾਚਾਰੀ ਅਫਸਰ ਤੈਨਾਤ ਸੀ, ਤਾਂ ਮੌਜੂਦਾ ਵਿਜੀਲੈਂਸ ਬਿਊਰੋ ਵੀ ਇਹੋ ਜਿਹੇ ਅਫਸਰਾਂ ਨੂੰ ਹਜੇ ਤੱਕ ਕੱਢਣ 'ਚ ਕਾਮਯਾਬ ਨਹੀਂ ਹੋਈ, ਭਾਵੇਂ ਪੁਰਾਣੇ ਸੈਟਅਪ ਨਾਲੋਂ ਮੌਜੂਦਾ ਸੈਟਅਪ ਦਾ ਜਨਤਾ ਤੌਰ 'ਤੇ ਪ੍ਰਭਾਵ ਸਲਾਈਟਲੀ ਬੈਟਰ ਗਿਣਿਆ ਜਾਂਦਾ, ਪਰ ਇੰਪਰੂਵਮੈਂਟ ਦੀ ਬਹੁਤ ਲੋੜ ਆ। ਵੀ ਸਟੈਂਡ ਫੋਰ ਪ੍ਰੋਪਰਟੀ ਇਨ ਪਬਲਿਕ ਲਾਈਫ, ਕੀਪ ਵਾਚਿੰਗ ਪੰਜਾਬ ਦਸਤਾਵੇਜ਼ ਅਤੇ ਸਾਡੀਆਂ ਵੀਡੀਓਜ਼ ਨੂੰ ਸ਼ੇਅਰ ਵੀ ਕਰਦੇ ਚੱਲੋ। ਮੈਨੂੰ ਰਜਿੰਦਰ ਸਿੰਘ ਤੱਗਣ ਨੂੰ ਇਜਾਜ਼ਤ ਦਿਓ ਜੀ, ਸਤਿ ਸ਼੍ਰੀ ਅਕਾਲ, ਨਮਸਕਾਰ, ਖੁਦਾ ਹਾਫਿਜ਼।